भी प्रीमियम रॉयल क्लास लग्जरी चीजा है ना। कोई कहना होटल लेना, कोई कहना जो अमीर अमीर बंदे बड़े बड़े डॉक्टर या एम एल ए उदा के घर वाले बैठ लेने आ लो। 55,000 का टाय लगा, थानू 20,000 रुपया डिस्काउंट देता, मतलब 55,000 वाला सोफा तुसी 35,000 रुपए दे विच लै जाओ। सेखो फर्नीचर हाउस से पहला 18,000 का पैकता सी, पर अज 1500 असी होर डिस्काउंट ले लिया। स्क्रीनशॉट लैके आ जाओ, थानू आ बैड 16,500 का मिलना। आ दिखाओ जिन्हां दे बजट दे विच 24,000 रुपए दे विच 7 सीटा टेबल है ना जी, इसकी गारंटी 3 साल पूरी आ। जेड़ा बाजारां च थानू 85,000 80,000 इतने 60,000 मतलब 20,000 रुपया साढ़ा इतने बच जाता। ਕੜਦਾ ਬਾਅਦ 30,000 ਰੁਪਏ ਵਾਲਾ ਪਿਆਜ ਉਹ 6 ਚੇਰਾ 3D ਗਲਾਸ ਲਾ ਕੇ ਇਹ ਵੀ ਟਾਲੀ ਦੇ ਵਿੱਚ ਹੀ ਆ ਜੀ। 45,000 42,000 41,000 ਇਹ ਰੇਟ ਬਾਜ਼ਾਰ ਦਾ। ਸੇਖੋ ਫਰਨੀਚਰ ਹੋ ਤੇ ਸਿਰਫ 30,000 ਰੁਪਏ ਦੇ ਵਿੱਚ ਬਾਜ਼ਾਰ ਦੇ ਵਿੱਚ ਰਹੇਗਾ 60,000 ਰੇਟ, ਇਹਦਾ ਰੇਟ ਹੈ 55,000। ਆ ਪੂਰਾ 10 ਸੀਟਾਂ ਵਾਲਾ ਸੋਫਾ ਟੇਬਲ ਨਾਲ ਸਿਰਫ 30,000 ਤੁਸੀਂ ਲੈ ਜਾਓ। ਜਿਨ੍ਹਾਂ ਦੇ ਕਮਰੇ ਛੋਟੇ ਹੁੰਦੇ ਆ, ਘਰ ਛੋਟੇ ਹੁੰਦੇ, ਸਾਈਜ਼ ਛੋਟੇ, ਉਹਨਾਂ ਲਈ ਬੜਾ ਬੈਸਟ ਆ। ਇਹ 13,000 ਵਾਲਾ ਮਾਡਲ ਆਪਣੇ ਸਾਹਮਣੇ ਲੱਗਾ ਬਾਰਡਰ ਵਾਲਾ। ਬਾਜ਼ਾਰਾਂ ਦੇ ਵਿੱਚ ਇਹ ਅਲਮਾਰੀ 13,500, 14,500, 12,500 'ਚ ਵਿਕਦੀ ਆ, ਪਰ ਜਿਹੜੀ ਇਹ ਖੁਦ 9,500 'ਚ ਵੇਚਦੇ ਸੀ ਇਹਦਾ ਵੀ ਰੇਟ 8,500 ਕਰਤਾ, 1,000 ਰੁਪਇਆ ਇਹਦਾ ਵੀ ਘਟਾ ਦਿੱਤਾ ਹੈਗਾ। ਸੋ ਮਤਲਬ ਕਹਿਣ ਦਾ ਇਹ ਆ ਵੀ ਇਹ ਕਹਿੰਦੇ ਕੁਆਲਿਟੀਆਂ ਵਰਾਇਟੀਆਂ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ, ਭਾਵੇਂ ਟੱਪ ਲਓ। ਇਹਦੀ ਗੱਲ ਇਹ ਦੱਸ ਰਹੇ ਹਾਂ, ਰੇਟ 22,000 ਦੀ ਜਗ੍ਹਾ 13,000 ਆ, ਕੁਆਲਿਟੀ 22,000 ਤੋਂ ਉੱਪਰ ਆ। ਇਹ 13,000 ਰੁਪਏ ਦੀ ਕੀਮਤ 'ਚ ਹੈਗਾ ਆ। ਆਹ ਬੈੱਡ ਹੈਗਾ, ਇਹ ਹੈਗਾ 14,000 ਰੁਪਏ ਦਾ, ਆਹ ਵੀ ਇੱਕ ਬੜਾ ਸੋਹਣਾ ਆ। ਦੇਖੋ ਆਹ ਐਡਾ ਵੱਡਾ ਪੈਨਲ ਹੈ, ਮੈਂ ਚੈਲੇਂਜ ਕਰਦਾ ਆਪਣੇ ਘਰ ਦੇ ਵਿੱਚ ਮਿਸਤਰੀ ਲਾ ਲਓ, ਸਮਾਨ ਲਾ ਲਓ, ਤੁਹਾਨੂੰ 12,000 ਤੋਂ ਉੱਪਰ ਪਊਗਾ, ਪਰ ਅਸੀਂ ਸਾਨੂੰ 7,000 ਦਾ ਮਿਲਣਾ। ਆਹ ਜਿਹੜਾ ਹੈਗਾ ਬਾਜ਼ਾਰਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ, ਡਰੈਸਿੰਗ ਟੇਬਲ 55-5500 ਦਾ ਵਿਕਦਾ, ਇੱਥੇ ਤੁਸੀਂ 3500 ਦਾ ਲੈ ਜਾਓ। ਤੁਹਾਡੇ ਦੇਖੋ 20,000 25,000 ਰੁਪਏ ਸੋਫਿਆਂ ਪਿੱਛੇ ਰੇਟ ਘੱਟ ਗਏ, 8-8-10,000 ਬਿੱਡਾਂ ਪਿੱਛੇ ਘੱਟ ਗਏ, 4-4-5-5 ਅਲਮਾਰੀਆਂ ਪਿੱਛੇ ਭਰ ਗਏ, ਇਹਨਾਂ ਪਿੱਛੇ ਵੀ ਘੱਟ ਗਏ। ਇਹ ਦੇਖੋ 55-60-65-65,000 ਦੇ ਬਾਜ਼ਾਰਾਂ 'ਚ ਵਿਕਦੇ ਆ। ਸੇਖੋ ਫਰਨੀਚਰ ਹਾਊਸ ਨੇ ਲਾਤੀਆਂ ਸੇਲਾਂ 65-65,000 ਵਾਲੇ ਸੋਫੇ 35-35,000 'ਚ, ਇੱਦਾਂ ਦੇ ਰੇਟ। ਸਲੋ ਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਸੇਖੋ ਫਰਨੀਚਰ ਹਾਊਸ 'ਤੇ, ਜਿਨ੍ਹਾਂ ਨੇ ਦੀਵਾਲੀ ਦੇ ਤਿਉਹਾਰ 'ਤੇ ਪੰਜਾਬ ਦੇ ਲੋਕਾਂ ਦੇ ਵੱਡੇ ਫਾਇਦੇ ਕੀਤੇ। ਇਕੱਲੇ ਇਕੱਲੇ ਘਰ ਫਰਨੀਚਰ ਗਿਆ ਅਤੇ ਬਹੁਤ ਸਾਰੇ ਲੋਕਾਂ ਨੇ ਪੈਸੇ ਬਚੇ, ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਜੇ ਪੰਜਾਬ ਦੇ ਵਿੱਚ ਧੀਆਂ ਭੈਣਾਂ ਦੇ ਵਿਆਹ ਸ਼ਾਦੀਆਂ ਆਨੰਦ ਕਾਰਜ ਕਰਨੇ ਆ, ਉਹਨਾਂ ਨੂੰ ਤੁਸੀਂ ਗਿਫਟ ਦੇਣੇ ਆ, ਤਾਂ ਵੀ ਇੱਥੇ ਆ ਜਾਓ, ਅਸੀਂ ਤੁਹਾਡੇ ਫਾਇਦੇ ਕਰਾਂਗੇ। ਇੱਥੋਂ ਬਹੁਤ ਵੱਡੇ ਵੱਡੇ ਟਰੱਕ ਭਰ ਭਰ ਕੇ ਅਲਮਾਰੀਆਂ ਬੈੱਡ ਸੋਫੇ ਤੁਹਾਡੇ ਘਰਾਂ ਤੱਕ ਪਹੁੰਚਾਏ ਆ। ਖਾਸ ਗੱਲ ਇਹ ਆ, ਜਿਹਨਾਂ ਜਿੰਨੇ ਵਾਅਦੇ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਉਹ ਪੂਰੇ ਕੀਤੇ। ਹੁਣ ਸਵਾਲ ਇਹ ਸੀ ਵੀ ਲੋਕ ਸਾਨੂੰ ਵਾਰ ਵਾਰ ਪੁੱਛ ਰਹੇ ਸੀ ਵੀ ਦੀਵਾਲੀ 'ਤੇ ਤਾਂ ਬਹੁਤ ਵੱਡੇ ਔਫਰਾਂ ਲਾਈਆਂ ਸੀ, ਰੇਟ ਘੱਟ ਕੀਤੇ ਸੀ, ਜਿਹੜੇ ਬਚ ਗਏ ਆ ਲੋਕ ਜਿਨ੍ਹਾਂ ਨੇ ਨਹੀਂ ਲਏ ਉਹਨਾਂ ਦਾ ਹੁਣ ਕੀ ਹੋਵੇਗਾ? ਸੇਖੋ ਸਾਹਿਬ ਇਸ ਗੱਲ ਦਾ ਜਵਾਬ ਤੁਸੀਂ ਦੇ ਦਿਓ। ਦੀਵਾਲੀ ਦੇ ਫਾਇਦੇ ਕਰ ਦਿੱਤੇ ਆ, ਸਾਰੇ ਲੋਕਾਂ ਨੇ ਲੈ ਲਿਆ ਸਮਾਨ, ਪਰ ਕਈਆਂ ਕੋਲ ਪੈਸੇ ਨਹੀਂ ਸੀ, ਕਈ ਲੋਕ ਬਿਜ਼ੀ ਸੀ, ਕਿਤੇ ਦੂਰ ਗਏ ਸੀ, ਜਿਹੜੇ ਰਹਿ ਗਏ ਕੀ ਹੁਣ ਉਹਨਾਂ ਦੇ ਫਾਇਦੇ ਹੋਣਗੇ ਜਾਂ ਨਹੀਂ ਹੋਣਗੇ? ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤਗੜ ਸਾਹਿਬ, ਸਾਡੀ ਅਜੇ ਤੱਕ ਦੀਵਾਲੀ ਹੀ ਚੱਲਣ ਦੀ ਹੈ, ਸਵੇਰ ਦੀਆਂ 2 ਗੱਡੀਆਂ ਦੀਵਾਲੀ ਤੋਂ ਪਹਿਲਾਂ ਦੀ ਬੁਕਿੰਗ ਵਾਲੀਆਂ ਭੇਜੀਆਂ ਵਾ, ਅਤੇ ਅਜੇ ਵੀ 2-4 ਦਿਨ ਦਾ ਕੰਮ ਅਜੇ ਦੀਵਾਲੀ ਤੋਂ ਪਹਿਲਾਂ ਵਾਲਾ ਪੈਂਡਿੰਗ ਚੱਲਦਾ, ਜਿਹੜਾ ਹੁਣ ਕਰਕੇ ਤਾਂ ਹੀ ਉਹ ਤੁਹਾਡੇ ਥੋੜ੍ਹਾ ਲੇਟ ਰੂਬਰੂ ਹੋਏ ਹਾਂ, ਉਹਦਾ ਕਾਰਨ ਇਹ ਸੀ। ਅਤੇ ਬਾਕੀ ਜੇ ਗੱਲ ਕਰੀਏ ਔਫਰਾਂ ਦੀ, 100% ਕੋਸ਼ਿਸ਼ ਹੋਊਗੀ ਵੀ ਅੱਜ ਤੁਹਾਨੂੰ ਕੁਝ ਨਾ ਕੁਝ ਕੋਈ ਨਵਾਂ ਰੇਟ, ਕੋਈ ਨਵੀਂ ਚੀਜ਼ ਦੇ ਸਕੀਏ, ਕਿਉਂਕਿ ਉਹ ਖੁਸ਼ੀ ਦਾ ਕਾਰਨ ਇਹ ਆ ਵੀ ਅਗਲੀ ਵਾਰੀ ਜਦੋਂ ਤੁਸੀਂ ਆਉਣਾ ਨਾ, ਆਪਾਂ ਕਿਸੇ ਚੀਜ਼ ਦੀ ਗ੍ਰੈਂਡ ਓਪਨਿੰਗ ਕਰਨੀ ਹੈ, ਜਿਹਦੇ ਵਿੱਚ ਆਪਣੇ ਲੋਕਾਂ ਨੂੰ ਹੋਰ ਜ਼ਿਆਦਾ ਵਰਾਇਟੀ, ਹੋਰ ਜ਼ਿਆਦੀਆਂ ਆਈਟਮਸ ਅਤੇ ਹੋਰ ਵਧੀਆ ਰੇਟ ਮਿਲ ਜਾਣਗੇ, ਕਿਉਂਕਿ ਉਦੋਂ ਸਾਡੇ ਤੋਂ ਸਪੇਸ ਹੋਰ ਜ਼ਿਆਦਾ ਹੋ ਜਾਣੀ, ਉਹਦੇ 'ਚ ਅਸੀਂ ਆਪਦੀ ਕਮਾਈ ਦਾ ਦਾਇਰਾ ਤਾਂ ਉਹਨਾਂ ਹੀ ਰੱਖਣਾ। ਇਹ ਆ ਵੀ ਜਿੰਨੀ ਸੇਲ ਜ਼ਿਆਦਾ ਹੋ ਜੂ ਉਹਦੇ ਵਿੱਚੋਂ ਜਿਹੜਾ ਕਸਟਮਰਾਂ ਨੂੰ ਰੇਟ ਸਹੀ ਮਿਲ ਜਾਵੇ। ਸੋ ਅੱਜ ਹੋਰ ਜੀ ਇੱਕ ਤੁਹਾਡੇ ਲਈ ਬਹੁਤ ਵੱਡੀ ਗੱਲ ਆ ਵੀ ਪੰਜਾਬ ਦੇ ਲੋਕਾਂ ਨੂੰ ਅਸੀਂ ਜਿੰਨਾ ਮਟੀਰੀਅਲ ਦਿਖਾਉਣਾ ਸਾਰਾ ਹੀ ਨਵਾਂ ਹੋਣਾ। ਤੁਸੀਂ ਪਿਛਲੀ ਵਾਰ ਬੈੱਡ ਦੇਖੇ ਹੋਊਗੇ, ਉਹ ਤੁਹਾਨੂੰ ਬੈੱਡ ਨਹੀਂ ਮਿਲਣੇ, ਕਿਉਂਕਿ ਸਾਰਾ ਹੀ ਇੱਥੇ ਕਲੀਅਰ ਹੋ ਚੁੱਕਾ ਸਟੋਕ, ਕਿਉਂਕਿ ਇੱਥੇ ਜਦੋਂ ਵੀਡੀਓ ਪੈਂਦੀ ਸੀ ਲੋਕ ਆਉਂਦੇ ਸੀ। ਹੁਣ ਆਪਾਂ ਪਹਿਲਾਂ ਬੈੱਡ ਤੋਂ ਸ਼ੁਰੂਆਤ ਕਰ ਲੈਂਦੇ ਨਾ। ਮੈਂ ਬਾਈ ਜੀ ਨਾਲ ਗੱਲ ਕਰਦਾ ਸੀ, ਆਹ ਬੈੱਡ ਕਹਿੰਦੇ ਬੈੱਡ ਮੈਂ ਆਪ ਖੜ ਕੇ ਤਿਆਰ ਕੀਤਾ, ਡਿਜ਼ਾਇਨ ਤਿਆਰ ਕੀਤਾ, ਬਹੁਤ ਸੋਹਣਾ ਇਹ ਲਗਜ਼ਰੀ ਬੈੱਡ ਇਹ ਬਣਿਆ ਹੈਗਾ। ਆਹ ਦੇਖੋ ਢੋ ਦੇਖ ਲਓ, ਇਹਦੇ ਵਿੱਚ ਆਹ ਦੇਖ ਲਓ ਨਾ, ਇਹ ਵੀ ਬਹੁਤ ਸੋਹਣਾ ਕੰਮ ਹੋਇਆ। ਬਾਈ ਜੀ ਮੈਨੂੰ ਇਹ ਦੱਸੋ ਵੀ ਕਲਰ ਕੋਂਬੀਨੇਸ਼ਨ ਬੜਾ ਪਿਆਰਾ ਚੂਜ਼ ਕੀਤਾ, ਇੱਕ ਦਿਮਾਗ ਕਿੱਦਾਂ ਲਾਇਆ ਵੀ ਤੁਸੀਂ ਤਾਂ ਹੋਰ ਲਾਈਨ ਦੇ ਬੰਦੇ ਹੋ, ਹੁਣ ਤੁਸੀਂ ਬੈੱਡ ਵੀ ਆਪ ਤਿਆਰ ਕਰਨ ਲੱਗ ਪਏ ਹੋ? ਨਹੀਂ ਨਹੀਂ, ਤਿਆਰ ਨਹੀਂ ਕੀਤਾ, ਤਿਆਰ ਤਾਂ ਸਾਡੇ ਮਿਸਤਰੀ ਨੇ ਕੀਤਾ। ਅਤੇ ਬਾਕੀ ਜੇ ਗੱਲ ਕਰੀਏ ਧੱਗੜ ਸਾਹਿਬ, ਇਹ ਸਾਡਾ ਫੈਂਸੀ ਬੈੱਡ 6 ਫੁੱਟ ਸਾਰੇ ਬੰਨੇ ਗੱਦੀ ਓਵਰਆਲ ਜੀ, ਫਿਰ ਲੈਦਰ ਸਵੈਟ ਲੱਗੀ ਆ ਜੀ। ਲੈਦਰ ਸਵੈਟ ਜਿਹੜੀ ਆ ਨਾ, ਇਹ ਅੱਜ ਦੇ ਸਮੇਂ ਦੇ ਵਿੱਚ ਕਾਫੀ ਸੋਹਣੀ ਚੀਜ਼ ਆ ਅਤੇ ਚੱਲ ਰਹੀ ਆ, ਹੈ ਨਾ।
ट्रेंडिंग दे विच हैगी आ जी। ते ए मन के चलो जिहड़ा बैड 6 फुट जिहड़ा साडा 18,000 रुपये दा इहदा प्राइस आ, उच्ची ढो दे विच दो तरह दे हुंदे, इक थोड़ी ढो थोड़ी जिहे तों थल्ले हुंदी आ, इक अप हुंदी, बाकी 18,000 रुपये दा जिहड़ा बैड आ ना इहदा रेट ਤੁਹਾਨੂੰ ਆਪਣੀ ਕੋਈ ਨਵੀਂ ਚੀਜ਼ ਦੀ ਓਪਨਿੰਗ ਦੀ ਖੁਸ਼ੀ ਦੇ ਵਿੱਚ 16,500 ਰੁਪਇਆ ਰੇਟ ਇਸ ਬੈੱਡ ਦਾ ਆਪਣੇ ਕਸਟਮਰਾਂ ਨੂੰ ਦੇਵਾਂਗੇ। ਆਹ ਵੀਡੀਓ ਤੁਸੀਂ ਦੇਖ ਲਈ ਆ, ਬੈੱਡ ਸਾਰਾ ਦੇਖ ਲਿਆ, ਬਾਜ਼ਾਰਾਂ ਦੇ ਵਿੱਚ 28,000 ਦਾ ਬੈੱਡ ਵਿਕਦਾ, ਸੇਖੋ ਫਰਨੀਚਰ ਹਾਊਸ ਤੋਂ ਪਹਿਲਾਂ 18,000 ਦਾ ਵਿਕਦਾ ਸੀ, ਪਰ ਅੱਜ 1500 ਅਸੀਂ ਹੋਰ ਡਿਸਕਾਊਂਟ ਲੈ ਲਿਆ। ਸਕਰੀਨਸ਼ਾਟ ਲੈ ਕੇ ਆ ਜਾਓ, ਤੁਹਾਨੂੰ ਆ ਬੈੱਡ 16,500 ਦਾ ਮਿਲਣਾ। ਆਹ ਵੀ ਤੁਸੀਂ ਦੇਖ ਲਓ ਨਾ, ਮੈਂ ਬੈੱਡ ਤੁਹਾਨੂੰ ਕੋਸ਼ਿਸ਼ ਕਰਨੇ ਵੀ ਥੋੜ੍ਹੇ ਟਾਈਮ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਦਿਖਾ ਸਕਾਂ। ਆਹ ਵੀ ਦੇਖ ਲਓ ਬੈੱਡ ਨਾ, ਬਹੁਤ ਸੋਹਣਾ ਬੈੱਡ ਆ, ਢੋ ਦੇ ਵਿੱਚ ਗੋਲਡਨ ਪੱਟੀਆਂ। ਇਹ ਤੁਹਾਨੂੰ ਇੱਕ ਲਗਜ਼ਰੀ ਬੈੱਡ ਮਿਲ ਜਾਂਦਾ ਹੈਗਾ, ਜੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਨਾ ਕਿਸੇ ਨੂੰ ਸਾਈਜ਼ ਚਾਹੀਦਾ ਹੋਵੇ, ਪਿਆਰਾ ਜਿਹਾ ਸਾਈਜ਼ ਚਾਹੀਦਾ ਹੋਵੇ। ਆਹ ਦੇਖ ਲਓ ਮਾਈਕਾ ਲੱਗਾ, ਮਾਈਕੇ ਦਾ ਮੈਚਿੰਗ ਦੇਖ ਲਓ ਕਿੰਨੀ ਸੋਹਣੀ ਆ ਮਾਈਕਾ। ਆਹ ਗੱਦੀ ਆ, ਨਾਲ ਸੈਟੀਆਂ ਵੀ ਆ, ਨਾਲ ਇਹਦੇ ਉੱਤੇ ਆ ਰੱਖਣ ਲਈ ਵੀ ਸਪੇਸ ਸਾਡੇ ਲਈ ਬਣਾਈ ਹੋਈ ਆ। ਸਾਰੇ ਹੀ ਪਾਸੇ ਬਹੁਤ ਸੋਹਣਾ ਬੈੱਡ ਆ, ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹਾਂ। ਇਸ ਤੋਂ ਬਾਅਦ ਆਹ ਦੇਖੋ ਵਾਈਟ ਦੇ ਵਿੱਚ ਹੈ ਨਾ, ਆਹ ਬਹੁਤ ਛੋਟਾ ਸਾਈਜ਼ ਹੈਗਾ। ਛੋਟਾ ਸਾਈਜ਼ ਦਾ ਮਤਲਬ ਇਹ ਆ ਵੀ ਜਿਨ੍ਹਾਂ ਦੇ ਕਮਰੇ ਛੋਟੇ ਹੁੰਦੇ ਆ, ਘਰ ਛੋਟੇ ਹੁੰਦੇ, ਸਾਈਜ਼ ਛੋਟੇ, ਉਹਨਾਂ ਲਈ ਬੜਾ ਬੈਸਟ ਆ ਭਾਅ ਜੀ। ਇਹ ਕੋਈ 22,000 ਦਾ ਵੇਚਦਾ ਬਾਜ਼ਾਰ 'ਚ, ਕੋਈ ਵੇਚਦਾ 20,000 ਦਾ, ਕੋਈ ਵੇਚਦਾ 21,000 ਦਾ, ਕੀ ਰੇਟ ਇਹਦਾ? ਇਹ 13,000 ਵਾਲਾ ਮਾਡਲ ਆਪਣੇ ਸਾਹਮਣੇ ਲੱਗਾ, ਬਾਰਡਰ ਵਾਲਾ ਆਪਣਾ, ਕੀ ਇਹਨੂੰ ਕਹਿੰਦੇ ਆ, ਅੰਦਰ ਜਿਹੜਾ ਗੱਦੇ ਦੇ ਅੰਦਰ ਅੰਦਰ ਇਹਦਾ ਸਟੈਂਡਰਡ ਸਾਈਜ਼ ਹੁੰਦਾ 6 ਫੁੱਟ, ਉਸ ਤੋਂ ਪਲੱਸ ਆ ਜਿਹੜਾ ਬਾਰਡਰ ਆ, ਇਹ 13,000 ਰੁਪਏ 'ਚ ਆਪਾਂ ਵੇਚ ਰਹੇ ਹਾਂ, ਜਿਹਦੇ ਵਿੱਚ ਇਹਦੀ 10 ਸਾਲ ਦੀ ਅਸੀਂ ਗਰੰਟੀ ਲੈਂਦੇ ਹਾਂ। ਅਤੇ ਸਾਨੂੰ ਇਹ ਵੀ ਪਤਾ ਵਾ ਵੀ ਜਿਹੜੇ ਇਹ ਸਾਡੇ ਮਾਡਲ ਆ ਜਾਂ ਇਹ ਬੈੱਡ ਆ ਨਾ ਧਗੜ ਸਾਹਿਬ, ਤੁਹਾਡਾ ਮੇਰੇ ਹਿਸਾਬ ਨਾਲ ਮੈਂ ਵੇਖਣ ਡਿਆ, ਜਦੋਂ ਤੁਸੀਂ ਆਪਣੀ ਗੱਡੀ 'ਚ ਇੱਕ ਸਾਈਡ ਤੋਂ ਬਹਿੰਦੇ ਜਾਣਾ ਤਾਂ ਗੱਡੀ ਹਿੱਲ ਜਾਂਦੀ, ਇਹ ਫਿਰ ਬੈੱਡ ਆ, ਇਹਦੇ ਵਿੱਚ ਤੁਸੀਂ ਵੀ ਆ ਕੇ ਮਾੜਾ ਜਿਹਾ ਆਓ। ਸੋ ਮਤਲਬ ਕਹਿਣ ਦਾ ਇਹ ਆ ਵੀ ਇਹ ਕਹਿੰਦੇ ਕੁਆਲਿਟੀਆਂ ਵਰਾਇਟੀਆਂ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ, ਭਾਵੇਂ ਟੱਪ ਲਓ। ਇਹਦੀ ਗੱਲ ਇਹ ਦੱਸ ਰਹੇ ਹਾਂ, ਰੇਟ 22,000 ਦੀ ਜਗ੍ਹਾ 13,000 ਆ, ਕੁਆਲਿਟੀ 22,000 ਤੋਂ ਉੱਪਰ ਆ, ਇੱਥੇ ਤੁਹਾਡਾ ਫਾਇਦਾ ਆ। ਅਸੀਂ ਧਗੜ ਸਾਹਿਬ ਮੈਂ ਆਪ ਆਪਣੇ ਕਸਟਮਰਾਂ ਨੂੰ ਕਹਿੰਦਾ ਹੁੰਦਾ, ਵੈਸੇ ਤਾਂ ਇਹਦੇ 'ਚ ਔਨ ਐਵਰੇਜ 20 ਕਿਲੋ 30 ਕਿਲੋ ਵਜਣਾ ਪੈਂਦਾ, ਪਰ ਮੈਂ ਕਹਿੰਦਾ ਸਾਡੇ ਭਾਵੇਂ ਬੈੱਡ ਦੇ ਵਿੱਚ ਤੁਸੀਂ 1 ਕੁਇੰਟਲ ਵਜਣ ਪਰਮਾਨੈਂਟ। 2.5 ਕੁਇੰਟਲ ਦੇ 2 ਬੰਦੇ ਵਿੱਚ ਬੜੇ ਸੀ, ਬੈੱਡ ਨੂੰ ਕੁਛ ਨਹੀਂ ਹੋਇਆ। ਆ ਜਾਓ, ਆ ਹੁਣ ਕਹਿੰਦੇ ਵੀ ਸਾਨੂੰ ਹੋਟਲਾਂ ਵਾਲੇ ਅੱਜ ਕੱਲ੍ਹ ਬੜਾ ਰਿਵਾਜ਼ ਚੱਲਿਆ, ਕੋਈ ਕਹਿੰਦਾ ਹੋਟਲਾਂ ਵਾਲੇ ਲੈਣਾ, ਕੋਈ ਕਹਿੰਦਾ ਜਿਹੜੇ ਅਮੀਰ ਅਮੀਰ ਬੰਦੇ ਆ, ਵੱਡੇ ਵੱਡੇ ਡਾਕਟਰ ਆ, MLA, ਉੱਦਾਂ ਦੇ ਘਰ ਵਾਲੇ ਬੈੱਡ ਲੈਣੇ। ਆ ਲਓ, ਚਾਹ ਤੁਹਾਡੇ ਪੂਰੇ ਕਹਿੰਦੇ ਸੇਖੋ ਫਰਨੀਚਰ ਹੋਮ ਨੇ, ਕੁਆਲਿਟੀ ਵਰਾਇਟੀ ਸਾਨੂੰ ਦੇਣੀ ਵਧੀਆ ਸੇਖੋ ਫਰਨੀਚਰ ਹਾਊਸ ਨੇ, ਰੇਟ ਸਾਡੇ ਤੋਂ ਬਹੁਤ ਘੱਟ ਲੈਣਾ ਸੇਖੋ ਫਰਨੀਚਰ ਹਾਊਸ ਨੇ, ਇਹ ਵੀ ਫਾਇਦਾ ਸਾਡਾ। ਨਾਲੇ ਸੈਟੀਆਂ ਲੱਗੀਆਂ ਆ, ਡਰੋਪ ਬਹੁਤ ਵਧੀਆ ਆ, ਪੂਰਾ ਗੋਲਡਨ ਪੱਟੀ ਆ, 45,000, 42,000, 41,000, ਇਹ ਰੇਟ ਬਾਜ਼ਾਰ ਦਾ ਸੇਖੋ ਫਰਨੀਚਰ ਹਾਊਸ, ਸਿਰਫ 30,000 ਰੁਪਏ ਦੇ ਵਿੱਚ। ਇਹ ਤਾਂ ਸਾਹਿਬ ਜਦੋਂ ਆ ਜਾਂਦਾ ਵਾ, ਫੈਂਸੀ ਦੇ ਫੈਂਸੀ ਵੀ ਆ ਜਾਂਦਾ, ਸਿੰਪਲ ਦਾ ਸਿੰਪਲ ਵੀ ਆ ਜਾਂਦਾ ਵਾ। ਜਿਹੜੇ ਕਸਟਮਰ ਨੂੰ ਇਦਾਂ ਦੀ ਚੀਜ਼ ਪਸੰਦ ਆਉਣੀ, ਉਹਨੂੰ ਹੋਰ ਕੋਈ ਚੀਜ਼ ਪਸੰਦ ਆਉਣੀ ਨਹੀਂ। ਆ ਵੀ ਦੇਖੋ ਨਾ ਸੋਹਣੀ ਤੇ ਕਿੰਨਾ ਸੋਹਣਾ, ਆ ਦੇਖੋ ਆ ਵੀ ਪ੍ਰੀਮੀਅਮ ਰਾਇਲ ਕਲਾਸ ਲਗਜ਼ਰੀ ਚੀਜ਼ਾਂ ਨਾ, ਮੈਂ ਹਮੇਸ਼ਾ ਹੀ ਲਗਜ਼ਰੀ ਸ਼ਬਦ ਜ਼ਰੂਰ ਕਰਦਾ, ਪਰ ਹੁਣ ਮੈਂ ਕੀ ਕਰਾਂ, ਲਗਜ਼ਰੀ ਨਿਕਲਦਾ ਮੂੰਹੋਂ ਜਿਹੜੀ ਚੀਜ਼ ਵਧੀਆ ਹੋਵੇ ਨਾ। ਵੱਡੀ ਗੱਲ ਆ, ਡਿਜ਼ਾਈਨ ਜਿੰਨੇ ਬੈੱਡ ਪਏ ਸਾਰਿਆਂ ਦੇ ਵੱਖੋ ਵੱਖਰੇ ਆ। ਆ ਦੇਖੋ ਲਾਈਟਾਂ ਲੂਟਾਂ ਇੱਥੇ ਲੱਗੀਆਂ ਹੋਈਆਂ, ਆ ਵੀ ਇੱਥੇ ਲੱਗਾ ਹੋਇਆ ਆ, ਆਹ ਤੁਸੀਂ ਇੱਥੇ ਬੈਠ ਸਕਦੇ ਆ, ਇਹਦੇ ਵਿੱਚ ਸਮਾਨ ਵੀ ਤੁਸੀਂ ਸਟੋਰੇਜ ਕਰ ਸਕਦੇ ਆ, ਇਹ ਵੀ ਸੋਹਣਾ ਸਾਈਜ਼ ਆ। ਉਸ ਤੋਂ ਬਾਅਦ ਛੋਟੇ ਸਾਈਜ਼ ਤੁਸੀਂ ਦੇਖਣੇ ਆ, ਛੋਟੇ ਸਾਈਜ਼ ਦੇਖ ਲਓ, ਜਿਵੇਂ ਤੁਹਾਨੂੰ ਦੱਸਿਆ ਵੀ ਛੋਟੇ ਘਰਾਂ ਦੇ ਵਿੱਚ ਛੋਟੇ ਕਮਰੇ ਆ, ਉੱਦਾਂ ਦਾ ਸਾਈਜ਼। ਆਹ ਬੈੱਡ ਦੀ ਜੇ ਗੱਲ ਕਰੀਏ ਤਾਂ ਆਪਾਂ, ਇਹ ਤੁਹਾਨੂੰ 13,000 ਰੁਪਏ ਦੀ ਕੀਮਤ ਦੇ ਵਿੱਚ ਮਿਲਣਾ, ਇਹ 13,000 ਰੁਪਏ ਦੀ ਕੀਮਤ 'ਚ ਹੈਗਾ ਆ। ਆਹ ਬੈੱਡ ਹੈਗਾ, ਇਹ ਹੈਗਾ 14,000 ਰੁਪਏ ਦਾ, ਆਹ ਵੀ ਇੱਕ ਬੜਾ ਸੋਹਣਾ ਆ ਬਾਈ ਜੀ, ਇਹਦੇ ਬਾਰੇ ਵੀ ਦੱਸੋ। ਕਾਫੀ ਵਧੀਆ ਡਿਜ਼ਾਈਨ ਆ ਅਤੇ ਮੇਰੇ ਹਿਸਾਬ ਨਾਲ ਕਾਫੀ ਵਿਕਣ ਵਾਲਾ ਵਾ, ਕਲਰ ਆਪਸ਼ਨ ਵਿੱਚ ਕਾਫੀ ਤਰ੍ਹਾਂ ਦੀ ਹੁੰਦੀ ਹੈ। ਸੋ ਆਹ ਦੇਖੋ ਨਾ, ਆਹ ਬੈੱਡ ਤਾਂ ਹੈਗਾ ਹੈਗਾ, ਬੈੱਡ ਦੇ ਨਾਲ ਨਾਲ ਤੁਸੀਂ ਸੋਫੇ ਵਾਂਗ ਯੂਜ਼ ਕਰ ਸਕਦੇ, ਦੇਖੋ ਬੈਠਣ ਨੂੰ। ਆਹ ਸੈਟੀਆਂ ਕਿੰਨੀਆਂ ਸੋਹਣੀਆਂ, ਬੈੱਡ ਦੇ ਨਾਲ ਇਹ ਬੈਠਣ ਨੂੰ ਯੂਜ਼ ਕਰ ਸਕਦੇ। ਆਹ ਦੇਖੋ ਨਾ, ਯੈਲੋ ਕਲਰ ਦੇ ਵਿੱਚ, ਆਹ ਬਹੁਤ ਸੋਹਣਾ ਡਿਜ਼ਾਈਨ, ਬਹੁਤ ਸੋਹਣਾ ਬੈੱਡ, ਬਹੁਤ ਸੋਹਣਾ ਸਾਈਜ਼, ਪਿਆਰਾ। ਰੇਟ ਇਹਦਾ ਹੈਗਾ ਸਿਰਫ 14,000, ਇਹ ਲੈ ਜਾਓ ਬਾਈ ਜੀ, ਮੇਰੇ ਸਾਹਮਣੇ ਪਿਆ ਬੈੱਡ, ਇਹਦੇ ਬਾਰੇ ਦੱਸੋ ਵੀ ਇਹਦੀ ਕਿੰਨੀ ਕੁ ਜ਼ਿੰਮੇਵਾਰੀ ਲੈਂਦੇ ਹੋ, ਕੱਪੜਾ ਬੜਾ ਸੋਹਣਾ ਆ, ਵਰਾਇਟੀ ਕੁਆਲਿਟੀ ਪ੍ਰਾਈਜ਼ ਕੀ ਇਹਦਾ? ਬਾਈ 24,000 ਰੁਪਏ ਦਾ, ਸੋਰੀ, ਜਿਹੜਾ ਆਪਾਂ ਬੈੱਡ ਦੇ ਦੇਵਾਂਗੇ ਉਦਾਂ, ਅਤੇ ਇਹਦਾ ਰੇਟ ਜਿਹੜਾ ਅਸੀਂ ਮਿਲ ਸਕਦਾ 28,000 ਰੁਪਇਆ ਰੇਟ ਆ। ਅੱਜ ਇੱਕ ਤੁਹਾਨੂੰ ਮੈਂ ਹੋਰ ਦੱਸਦਾ, ਜਿਹੜਾ ਸਾਡੇ ਨਾਲ ਲੰਮਾ ਸਮਾਂ ਵੀਡੀਓ ਦੇ ਵਿੱਚ ਚੱਲੂਗਾ, ਜਿੰਨੇ ਚਿਰ ਦੀ ਵੀ ਬਣਦੀ ਆ, ਤੁਹਾਨੂੰ ਇਹਦੇ ਵਿੱਚ ਕੁਝ ਕੁ ਚੀਜ਼ਾਂ ਦੇ ਪ੍ਰਾਈਜ਼ ਲੋੜ ਤੋਂ ਵੱਧ ਆਪਦਾ ਕੀ ਉਹਨੂੰ ਕਹਿੰਦੇ ਸਸਤੇ ਮਿਲਣਗੇ। ਜਿ ਆਹ ਦੇਖੋ, ਇਹ ਵੈਸੇ ਤਾਂ ਬੈੱਡ ਦਾ ਰੇਟ ਹੈਗਾ 35,000 ਤੋਂ 40,000 ਰੁਪਇਆ ਬਾਜ਼ਾਰ 'ਚ, ਸੇਖੋ ਫਰਨੀਚਰ ਨੇ ਲਾਇਆ ਸੀ 28,000 ਰੁਪਏ ਦਾ ਬੈੱਡ, ਪਰ ਅੱਜ ਕਹਿੰਦੇ ਸਪੈਸ਼ਲ, ਸਾਨੂੰ ਖੁਸ਼ੀ ਆ, ਇਹ ਦੱਸ ਨਹੀਂ ਰਹੇ ਪਰ ਮੈਂ ਤੁਹਾਨੂੰ ਦੱਸ ਦਿੰਦਾ, ਸੇਖੋ ਫਰਨੀਚਰ ਬਹੁਤ ਵੱਡਾ ਬਣਨ ਜਾ ਰਿਹਾ ਥੋੜ੍ਹੇ ਚਿਰ ਤੱਕ। ਇਹ ਤੁਹਾਨੂੰ 28,000 ਦਾ ਬੈੱਡ ਜਿਹੜਾ ਸੇਲ ਕੀਤਾ, ਇਹ ਹੁਣ ਤੁਹਾਨੂੰ 24,000 ਦੇ ਵਿੱਚ ਮਿਲੂਗਾ। ਆਹ ਬੈੱਡ ਪਿਆ ਆ, ਇਹਦੇ ਵਿੱਚ ਹੀ ਮਤਲਬ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜਾਣੇ ਹੈਗੇ ਆ। ਬੈੱਡਾਂ ਦੇ ਵਿੱਚ ਪ੍ਰਾਈਜ਼ ਘੱਟ ਹੋਊਗੇ, ਕੁਆਲਿਟੀ ਵਰਾਇਟੀ ਵਧੀਆ ਹੋਊਗੀ, ਜਿਹੜੇ ਪ੍ਰੀਮੀਅਮ ਬੈੱਡ ਵੀ ਆ
इस भाव से थानू पूरे पंजाब बैड नहीं मिलने। सो तुम बैड तो है ना, बैडा ना डाइनिंग टेबल भी देख लो, जेडे सोने प्रीमियम तुम लग्जरी घर का बनाने हो, तुम बैड वधिया लैंदे हो, तुम डाइनिंग टेबल भी ले लो है ना। आ मार्बल दे विच हैगा, आपां चेयर की गल कर लिए, देखो कितना बड़ा साइज चेयर का हैगा, उपर कपड़ा सोहना लगा आ, फरंटे का हैगा, जे आप पिछों भी देखिए ना ये प्लेन नहीं हैगा, पिछे भी कपड़ा लगा आ, देखो नवा डिजाइन आपां पहले वाले नालों ना क्विल्टिंग वाली चेयर नालों नवी चेयर बना, देखो हेठ आ भी आ नोट करन वाली चीज़ां भी इहदे उत्ते डिजाइन, क्योंकि इन्हां चीज़ां का खर्चा हुंदा। मार्बल इतने लगा हुआ आ बी, छे सीटा का की प्राइस है ये वाला जिहड़ा ना जी? पहलों तो असी थोड़ा होर डिजाइन अपना रख दौ भी है, ये थोड़ा नवा डिजाइन तैयार किया, भी मार्बल ला के डाइनिंग टेबल जिहड़ा वा अपने कस्टमर नूं आपां 60,000 रुपए दे विच ये भी डाइनिंग दे देना वा, जद कि जिहड़ा बाजारां च तुहानूं 85,000 80,000 इत्थे 60,000 दा मतलब 20,000 रुपया साडा इत्थे बच जांदा। भाजी इहदे विच स्टार्टिंग रेंज किन्ने कु हैगी? घट दा बाद 30,000 रुपए वाला पिया, जो 6 चेयरां 3D ग्लास ला के टाली दे विच ही आ जी, इहदी चेयर थोड़ी जी सिंपल हुंदी आ, इहदी थोड़ी जी होर लुक आ, उहदे नाल ग्लास मिलदा, ਉਹ ਵੀ ਤਾਂ ਗੜਸਾਓ ਜਿਹੜਾ ਸ਼ੀਸ਼ੇ ਦੇ ਸੈੱਟ ਦੇ ਵਿੱਚ ਪਿਆ ਉਹ 50,000 ਵਾਲਾ ਪਿਆ ਜੋ ਜੀ, ਤੇ ਜੇ ਆਹ ਵਾਲਾ ਵਾ ਜੀ ਇਹ ਕੋਈ ਸ਼ੀਸ਼ੇ ਦੇ ਨਾਲ ਲੈਂਦਾ ਆਹ ਵਾਲਾ ਸੇਮ ਹੀ, ਫਿਰ ਇਹ ਵੀ 50,000 ਚੜਾ ਜਾਏ, ਮਤਲਬ ਮਾਰਬਲ ਦਾ 10,000 ਦਾ ਡਿਫਰੈਂਸ ਪੈ ਜਾਂਦਾ, 10,000 ਰੁਪਏ ਦਾ ਆਪਣਾ ਹੈਗਾ ਫਰਕ। ਸੋ ਡਾਈਨਿੰਗ ਟੇਬਲ ਤੁਸੀਂ ਦੇਖੇ ਆਪਾਂ, ਆਹ ਦੇਖੋ ਸੋਫੇ ਬੜੇ ਸੋਹਣੇ ਇਹਦੇ ਉੱਤੇ ਲੱਗੇ ਹੋਏ ਆ। ਸੋ ਹੁਣ ਮੈਂ ਚਾਹੁੰਦਾ ਨਾ ਆਹ ਸੋਫਾ ਜ਼ਰੂਰ ਦਿਖਾ ਦਿਓ, ਸਾਰਾ ਹੀ ਘੁਮਾ ਗਿਆ ਸੋਫਾ ਦਿਖਾ ਦਿਓ, ਟੇਬਲ ਵੀ ਬੜਾ ਖੁੱਲਾ ਡੁੱਲਾ ਹੈਗਾ ਆ, ਇਹਦੇ ਨਾਲ ਆ ਦੋ ਸੈਟੀਆਂ ਵੀ ਲੱਗੀਆਂ ਹੋਈਆਂ ਆ। ਹੁਣ ਮੈਂ ਤੁਹਾਨੂੰ ਸਵਾਲ ਕਰਦਾ, ਦੱਸੋ ਸੋਫਾ ਕਿਵੇਂ ਦਾ ਤੁਹਾਡੇ ਮਾਈਂਡ 'ਚ? ਇਹ ਹੋਊਗਾ ਵੀ ਇਹ 55,000 60,000 ਤੋਂ ਘੱਟ ਸੋਫਾ ਨਹੀਂ ਹੋਣਾ, ਕਿਉਂਕਿ ਇਹਦਾ ਫਲਾਪ ਡੇ ਬੜਾ ਨਾ, 2, 3, 4, 5, 6, 7 ਅਤੇ 4, 11 ਕੁਰਸੀਆਂ ਵਾਲਾ, 11 ਸੀਟਾਂ ਵਾਲਾ ਸੋਫਾ ਬਣ ਜਾਂਦਾ ਵੱਡਾ ਨਾ, ਤੁਸੀਂ ਪਿੰਡਾਂ ਦੇ 10 ਕੁ ਚ ਲੱਗੇ ਤੇ ਚੇਹਰਾ ਤਾਂ ਗੜਸਾਹਬ ਲਾ ਲਓ, ਪਲੱਸ ਚਲੋ ਚੀਜ਼ਾਂ ਨੋਟ ਆ ਕਰਨ ਵਾਲੀ ਨੇ, ਇਹਦੀ ਇੱਥੇ ਵੀ ਕੁਇਲਟਿੰਗ ਹੋਈ ਆ, ਕਿਉਂਕਿ ਇਹ ਵੀ ਜਿਹੜੀ ਕੁਇਲਟਿੰਗ ਆ ਨਾ 1,000-1,500 ਰੁਪਈਆ ਮਿਨੀਮਮ ਸਾਡੇ ਹਿਸਾਬ ਨਾਲ ਫਰਕ ਪਾਉਂਦੀ ਆ, ਇਹਦੀ ਆ ਪਫੀ 'ਤੇ ਵੀ ਕੁਇਲਟਿੰਗ ਆ, ਪਫੀ ਦੀ ਚੜਾਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਨਾ, ਗੱਦੀ ਦੀ ਗਰੰਟੀ ਜਿਹੜੀ ਆ 4 ਇੰਚੀ ਦੀ ਆਪਾਂ ਪੂਰੀ ਲੈਂਦੇ ਆ, ਵੀ ਕੋਈ ਵੀ ਜਦੋਂ ਮਰਜ਼ੀ ਐਨੀ ਟਾਈਮ ਪਾੜ ਕੇ ਵੇਲੇ, ਜਿਵੇਂ ਪਿੰਡਾਂ ਵਿੱਚ ਆਪਾਂ ਲੋਬੀਆਂ ਡਰਾਇੰਗ ਰੂਮਾਂ ਹੀ ਲਾਉਂਦੇ ਹਾਂ, ਵੱਡੇ ਪਰਿਵਾਰ ਹੁੰਦੇ ਨਾ, 10 ਸੀਟਾਂ ਵਾਲਾ ਸੋਫਾ 60,000-55,000 ਤੋਂ ਘੱਟ ਨਹੀਂ ਚੱਲ ਬਾਈ, ਰੇਟ ਕੀ? ਪ੍ਰਾਈਜ਼ ਜਿਹੜਾ ਤੁਹਾਨੂੰ ਬਹੁਤ ਹੀ ਵਧੀਆ ਪ੍ਰਾਈਜ਼ ਜਿਹੜਾ ਆਪਣਾ ਮੰਨ ਕੇ ਚੱਲੋ ਵੀ ਆ 31 ਤਰੀਕ ਤੱਕ ਸੌਰੀ ਜਿਹੜਾ ਵਾ 30,000 ਰੁਪਈਆ ਦਾ ਦਿੰਦਾ, 30 ਨਵੰਬਰ ਤੋਂ ਪਹਿਲਾਂ ਪ੍ਰਾਈਜ਼ ਆ ਬਾਜ਼ਾਰ ਦੇ ਵਿੱਚ, ਜਿਹੜਾ ਹੈਗਾ 60,000 ਰੇਟ, ਇਹਦਾ ਰੇਟ ਹੈਗਾ 55,000, ਆ ਪੂਰਾ 10 ਸੀਟਾਂ ਵਾਲਾ ਸੋਫਾ ਟੇਬਲ ਨਾਲ ਸਿਰਫ 30,000 ਤੁਸੀਂ ਲੈ ਜਾਓ, ਇੱਦਾਂ ਦੇ ਪ੍ਰਾਈਜ਼ ਇੱਦਾਂ ਦੀ ਆਫਰਾਂ ਕਿਤੇ ਨਹੀਂ ਮਿਲਣੀਆਂ। ਸੋਭਾ ਜੀ ਆਹ ਮੈਂ ਦੇਖ ਰਿਹਾ ਨਾ ਸੋਫਾ ਬੜਾ ਪਿਆਰਾ, ਕੰਟਰਾਸਟ ਡਿਜ਼ਾਇਨ, ਫਿਰ ਇਹਦੇ ਵਿੱਚ ਉਹ ਕੱਪ ਹੋਲਡਰ ਵੀ ਹੈਗੇ ਆ, ਤੁਸੀਂ ਉਹਦੇ ਵਿੱਚ ਸਟੋਰ ਵੀ ਕਰ ਸਕਦੇ ਹੋ ਸਮਾਨ ਹੈ ਨਾ, ਇਹਦਾ ਮੈਨੂੰ ਦੱਸੋ ਵੀ ਕਿੰਨੀਆਂ ਕੁਰਸੀਆਂ ਬਣ ਜਾਂਦੀਆਂ, ਕਿੰਨੀਆਂ ਸੀਟਾਂ, ਕੀ ਪ੍ਰਾਈਜ਼ ਆ ਇਹ? ਤਕੜਾ ਸਾਹਿਬ ਉਹ 12-13 ਸੀਟਾਂ ਵਾਲਾ ਵਾ, ਕੱਪ ਹੋਲਡਰ ਆ, ਕਾਰਨਰ 3-3 ਆਪਦਾ ਨਾਲ, ਮਤਲਬ ਆ ਪਫੀਆਂ ਵੀ ਆ, ਟੇਬਲ ਵੀ 4-3 ਦਾ ਵੱਡਾ ਲੱਗਾ ਵਾ, ਗਲਾਸ ਵੀ 10 mm ਦਾ, ਇਹਦਾ ਜਿਹੜਾ ਵੈਸੇ ਪ੍ਰਾਈਜ਼ ਹੁੰਦਾ ਵਾ 50,000 ਹੁੰਦਾ ਵਾ, ਇਹਦਾ ਨਾ ਕਲਰ ਕਰਕੇ ਥੋੜ੍ਹਾ, ਤਕੜ ਸਾਹਿਬ ਜਿਵੇਂ ਵਿੱਚ ਆਪਣਾ ਮਹੀਨਾ ਕੁ ਹੋ ਗਿਆ, ਸੇਲ ਨਹੀਂ ਹੋਇਆ, ਇਹ ਸਾਡੇ ਕੋਲ ਜਿਹਨੂੰ ਕਹਿੰਦੇ ਵੀ ਅੜ ਗਿਆ ਨਾ ਥੋੜ੍ਹਾ ਜਿਹਾ, ਫਿਰ ਜਿਹੜੀ ਚੀਜ਼ ਮਹੀਨਾ ਕੁ ਨਹੀਂ ਵਿਕਦੀ ਉਹ ਤੁਹਾਨੂੰ ਪਤਾ ਹੀ ਆ, ਥੋੜ੍ਹਾ ਲੁੱਕ ਵਾਈਜ਼ ਥੋੜ੍ਹਾ ਬਾਕੀ ਇਹ ਆ। ਦੇਖੋ ਆਪਾਂ ਸੋਫਾ 'ਤੇ ਘਰ ਦੇ ਵਿੱਚ ਕਵਰ ਪਾ ਕੇ ਹੀ ਯੂਜ਼ ਕਰਨਾ ਹੁੰਦਾ, ਇਹਦੇ 'ਚ ਜਿਹੜੇ ਵੀ ਕਸਟਮਰ ਨੇ ਪੈਸੇ ਬਚਾਉਣੇ ਆ, 55,000 ਵਾਲਾ ਮਾਡਲ ਕੱਪ ਹੋਲਡਰ ਵਗੈਰਾ, ਆਹ ਵੇਖੋ ਹੈੱਡ ਵੀ ਚੱਲਦੇ ਨਾ, ਟੇਬਲ ਵੀ ਵੱਡਾ, ਜਿੰਨੇ ਪੈਸੇ ਬਚਾਉਣੇ ਆ, ਜਿੰਨਾ ਕਈਆਂ ਦਾ ਹੁੰਦਾ ਵੀ ਆਪਾਂ 5-4 ਸਾਲ ਬਾਅਦ ਫਿਰ ਚੇਂਜ ਕਰਨੀ ਆ ਚੀਜ਼ ਹੈ ਨਾ, ਉਹਦੇ ਜਿਹਦੇ ਪੈਸੇ ਬਚਾਉਣੇ ਆ, ਇਹਦਾ ਤੁਹਾਨੂੰ ਅੱਖਾਂ ਖੋਲ੍ਹਣ ਵਾਲਾ ਰੇਟ ਦੇ ਦੇਣਾ, ਕੰਪਲੀਟ ਸੈੱਟ 35,000 'ਚ ਦੇ ਦੇਣਾ ਵਾ ਸਿਰਫ ਇਹੋ ਹੀ। ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਦੀ ਸਚਾਈ ਦੇਖ ਲਓ ਨਾ, ਇਹਨੇ ਸਾਫ਼ ਤੌਰ 'ਤੇ ਕਿਹਾ ਵੀ ਆਹ ਪੀਸ ਪਿਆ ਆ, ਲੰਬੇ ਟਾਈਮ ਤੋਂ ਪਿਆ ਆ, ਇਸ ਕਰਕੇ 55,000 ਦਾ ਟੈਅ ਲੱਗਾ, ਤੁਹਾਨੂੰ 20,000 ਰੁਪਇਆ ਡਿਸਕਾਊਂਟ ਦਿੱਤਾ, ਮਤਲਬ 55,000 ਵਾਲਾ ਸੋਫਾ ਤੁਸੀਂ 35,000 ਰੁਪਏ ਦੇ ਵਿੱਚ ਲੈ ਜਾਓ, ਬੜਾ ਖੁੱਲ੍ਹਾ ਡੁੱਲਾ ਸਾਈਜ਼ ਆ। ਸੋ ਆਹ ਸੋਫਾ ਤੁਸੀਂ ਦੇਖਿਆ ਨਾ ਬਾਜੀ, ਆ ਵੀ ਬੜਾ ਸੋਹਣਾ ਗ੍ਰੀਨ ਦੇ ਨਾਲ ਕੰਟਰਾਸਟ, ਬੜੀ ਫੁੱਲ ਬੂਟੀਆਂ ਪਈਆਂ, ਗੱਦੀਆਂ, ਟੇਬਲ, ਇਹਦਾ ਵੀ ਇੱਦਾਂ ਦੇ ਆ ਵੀ ਅੱਜ ਹੈ ਨਾ ਰੇਟ ਹੈਰਾਨੀ ਵਾਲੇ ਦੇ ਦਿਓ, ਕਿਉਂਕਿ ਪੰਜਾਬ ਦੇ ਲੋਕ ਇਹ ਕਹਿੰਦੇ ਵੀ ਦਿਵਾਲੀ 'ਚ ਸੇਲਾਂ ਲੱਗਦੀਆਂ। ਸੋ ਸੇਖੋ ਫਰਨੀਚਰ ਇਹ ਸਿੱਧ ਕਰ ਦੇਵੇ, ਭਾਵੇਂ ਜਨਵਰੀ 'ਚ ਆ ਜਾਓ, ਭਾਵੇਂ ਨਵੰਬਰ 'ਚ ਆ ਜਾਓ, ਚਾਹੇ ਫਰਵਰੀ, ਮਾਰਚ, ਅਪ੍ਰੈਲ, ਦਸੰਬਰ 'ਚ ਆ ਜਾਓ, ਇੱਕੋ ਹੀ ਰੇਟ। ਅਸੀਂ ਤੁਸੀਂ ਜੇ ਦਿਵਾਲੀ ਦੀ ਗੱਲ ਕਰਦੇ ਜੋ, ਅਸੀਂ ਆਪਣੇ ਸੋਫਿਆਂ ਦੇ ਨਾਲ ਗਿਫਟ ਵੀ ਦੇਵਾਂਗੇ ਦਿਵਾਲੀ ਦੇ, ਜੋ ਵੀ ਦਿੱਤੇ ਆ ਨਾ ਜਿੰਨੇ ਗਾਲਾ ਵੀ ਛੋਟੇ ਛੋਟੇ ਗਿਫਟ ਆ, ਉਹ ਸਾਡੇ ਤੋਂ ਕਾਫੀ ਪਏ ਹੋਣ ਕਰਕੇ 40-50 ਗਿਫਟ ਪਏ ਆ, ਉਹ ਵੀ ਦੇਵਾਂਗੇ। ਇਹਦਾ ਧੱਗੜ ਸਾਹਿਬ ਫਿਲਹਾਲ ਦੀ ਘੜੀ 32,000 ਵਾਲੇ ਸੋਫੇ ਦਾ ਜਿਹੜਾ ਪ੍ਰਾਈਜ਼ ਆ ਨਾ, ਉਹ 28,000 ਰੁਪਇਆ ਇਹਦਾ ਪ੍ਰਾਈਜ਼ ਦੇਵਾਂਗੇ, ਨਾਲ ਇਹਦੇ ਗਿਫਟ ਵੀ ਦੇਵਾਂਗੇ ਜਿੰਨਾ ਸਾਡੇ ਤੋਂ ਪਏ ਦਿਵਾਲੀ ਦੇ, ਕਾਫੀ ਗਿਫਟ ਬਚੇ ਹੋਣ ਕਰਕੇ। ਸੋ ਆ ਵੀ ਫਾਇਦਾ, 45,000 ਦਾ ਸੋਫਾ ਬਾਜ਼ਾਰ 'ਚ, 28,000 ਦਾ ਸੋਫਾ ਸੇਖੋ ਫਰਨੀਚਰ ਦਾ ਲੈ ਜਾਓ, ਐਲ ਟਾਈਪ 2 ਕੁਰਸੀਆਂ, ਗੱਦੀਆਂ ਦੀ ਵੀ ਗਰੰਟੀ, ਕੱਪੜੇ ਦੀ ਵੀ ਗਰੰਟੀ, ਲੱਕੜ ਦੀ ਵੀ ਗਰੰਟੀ, ਠੋਕ ਕੇ ਗਰੰਟੀ 28,000 ਚ। ਬੇਨਤੀ ਵਾਰ ਵਾਰ ਇਹੋ ਕਰਦੇ ਹਾਂ, 12-13 ਸੀਟਾਂ ਵਾਲਾ ਵਾ ਸਿਰਫ ਇਹੋ ਹੀ।
ਰੀਜ਼ਨ ਸਾਨੂੰ ਹੁੰਦਾ ਵਾ ਵੀ ਸਾਡੇ ਤੋਂ ਜਗ੍ਹਾ ਦੀ ਕਮੀ ਆ, ਸਾਡੀ ਜਗ੍ਹਾ ਕੀਮਤੀ ਆ, ਜਦ ਕਿ ਅਸੀਂ ਇਹਨੂੰ ਕੋਲੋਂ ਪਾ ਕੇ ਪੈਸੇ। ਤਕੜ ਸਾਹਿਬ ਜੇ ਤੁਸੀਂ ਗੱਲ ਕਰੋਗੇ ਨਾ, ਮੈਂ ਇਹਨਾਂ ਦੇ ਪੱਕੇ ਬਿੱਲ ਵੀ ਗਾੜੀ ਕਰ ਦਾਂਗਾ, ਜਿਹੜੀ ਸਾਡੀ ਇੱਥੇ ਬਣਤਰ 'ਤੇ ਖਰਚਾ ਆਇਆ ਨਾ ਉਹ ਵੀ ਮੈਂ ਕੱਢ ਕੇ ਗਾੜੀ ਕਰ ਦਾਂਗੇ। ਇਹਨੂੰ ਕੋਲੋਂ ਪਾ ਕੇ ਅਸੀਂ ਸੋਫੇ ਨੂੰ ਦੇ ਰਹੇ ਹਾਂ ਸਿਰਫ ਇਸੇ ਗੱਲ ਕਰਕੇ 35 ਇਹ ਸਾਡੇ ਸੋਫਿਆਂ ਨੂੰ ਮਹੀਨਾ ਮਹੀਨਾ ਕਰੀਬ ਹੋ ਗਿਆ ਅੜੇ ਹੋਣ ਕਰਕੇ ਅਤੇ ਕੀ ਉਹਨੂੰ ਕਿਤੇ ਬਾਹਰ। ਮੈਂ ਕਹਿੰਦਾ ਸੋਫਾ ਪਹਿਲਾਂ ਸਾਰਾ ਦੇਖ ਲਓ ਕੈਮਰੇ 'ਚ ਪੂਰਾ ਸੈੱਟ ਹੈ ਨਾ, ਇਹ ਦੇਖੋ 55-60, 65-65 ਹਜ਼ਾਰ ਦੇ ਬਾਜ਼ਾਰਾਂ 'ਚ ਵਿਕਦੇ ਆ। ਸੇਖੋ ਫਰਨੀਚਰ ਹਾਊਸ ਨੇ ਲਾਤੀਆਂ ਸੇਲਾਂ 65-65 ਹਜ਼ਾਰ ਵਾਲੇ ਸੋਫੇ 35-35 ਹਜ਼ਾਰ 'ਚ, ਇੱਦਾਂ ਦੇ ਰੇਟ ਨਹੀਂ ਮਿਲਣੇ। ਉਹ ਦੇਖੋ ਸਾਰਾ ਹੀ ਇੱਥੇ ਹਾਲ ਭਰਿਆ ਪਿਆ ਆ, ਜਿਹੜੀਆਂ ਚੀਜ਼ਾਂ ਪਸੰਦ ਆ ਤੁਸੀਂ ਲੈ ਜਾਓ। ਫਿਰ ਧੱਗੜ ਸਾਹਿਬ ਤੁਸੀਂ ਸਾਡੇ ਇੱਕ ਚੀਜ਼ ਨੋਟ ਕੀਤੀ ਹੋਣੀ, ਹੋ ਸਕਦਾ ਅਸੀਂ ਇਹਨੂੰ 2000 ਇਹਦੇ ਉੱਤੇ ਲਾਉਂਦੇ ਸਫਾਈ 'ਤੇ ਪੂਰੇ ਪ੍ਰਾਈਸ 'ਤੇ ਵੇਚਦੇ। ਨਹੀਂ, ਜਿਹੜਾ ਕੰਮ ਨਹੀਂ ਕਰਨਾ ਨਹੀਂ ਕਰਨਾ, ਫਰੈਸ਼ ਨੂੰ ਫਰੈਸ਼ ਕਹਿ ਕੇ ਵੇਚਣਾ, ਜਿਹਨੂੰ ਮਹੀਨਾ ਹੋ ਗਿਆ ਪੈਣ ਉਹਨੂੰ ਉਹ ਕਹਿ ਕੇ ਵੇਚਣਾ। ਹਾਂ ਭਾਜੀ, ਬਹੁਤ ਸੋਹਣਾ ਸੋਫਾ ਨਾ, ਵੱਡਾ ਸੋਫਾ ਆ, ਇਹ ਵੀ ਸੋਹਣਾ। ਜਿਹਨੇ ਆਹ ਦਿਖਾਓ, ਜਿਨ੍ਹਾਂ ਦੇ ਬਜਟ ਦੇ ਵਿੱਚ 24,000 ਰੁਪਏ ਦੇ ਵਿੱਚ 7 ਸੀਟਾਂ ਟੇਬਲ ਹੈ ਨਾ ਜੀ, ਇਹਦੀ ਗਰੰਟੀ 3 ਸਾਲ ਪੂਰੀ ਆ। ਫਿਰ ਆਹ ਦੇਖੋ ਮਾਡਲ, ਜਿਹੜਾ ਦੀਵਾਲੀ ਕਰਕੇ ਅਤੇ ਗੈਪ ਹੋ ਗਿਆ, ਦੀਵਾਲੀ ਗੈਪ ਤਾਂ ਹੋ ਗਿਆ ਵੀ ਪੂਰਾ ਹੀ ਨਹੀਂ ਹੋ ਸਕਿਆ, ਇਹਦੀ ਬੁਕਿੰਗ ਇੰਨੀ ਗਈ ਵੀ ਹੁਣ ਅਸੀਂ ਇਹਦੀਆਂ ਬੁਕਿੰਗਾਂ ਕੱਢ ਕੇ ਪਹਿਲੇ ਹੋਏ ਹਾਂ। ਇਹ ਜਿਹੜਾ ਵਾ 40,000 ਰੁਪਏ ਦੇ ਵਿੱਚ ਆ, ਉੱਧਰ ਵੀ 3 ਸੀਟਰ ਆ, ਕਾਰਨਰ ਆ, 3 ਆ, 2 ਸੀਟਰ ਪਫੀਆਂ, 4-3 ਦਾ ਵਿੱਚ ਵੱਡਾ ਟੇਬਲ ਵਧੀਆ ਬਣਿਆ ਜੀ, ਠੀਕ ਹੈ ਜੀ। ਵੈਸੇ ਤਾਂ ਇਹਦਾ 45,000 ਰੁਪਏ ਦੇ ਲਾਗੇ ਪ੍ਰਾਈਜ਼ ਹੈ ਇਹਦਾ, ਪਰ ਫਿਲਹਾਲ ਦੀ ਘੜੀ ਜਿਹੜਾ ਵਾ ਅਜੇ 40,000 ਰੁਪਏ ਦਾ ਆਪਣੇ ਆਪਾਂ ਕਸਟਮਰਾਂ ਨੂੰ ਦੇ ਰਹੇ ਹਾਂ ਸੋਫਾ, ਫਿਰ 5 ਸਾਲ ਗੱਦੀ ਦੀ ਪੂਰੀ ਗਰੰਟੀ। ਸੋ ਤੁਸੀਂ ਨਾ ਦੀਵਾਲੀ 'ਤੇ ਬਹੁਤ ਸਾਰੀਆਂ ਵੀਡੀਓ ਦੇਖੀਆਂ, ਬਹੁਤ ਸਾਰੇ ਕਹੇ ਜੋ ਪ੍ਰਾਈਜ਼ ਉਦੋਂ ਨਹੀਂ ਦੇ ਪਾਏ ਲੋਕ ਹੈ ਨਾ, ਉਦੋਂ ਘੱਟ ਪ੍ਰਾਈਜ਼ ਤੁਹਾਨੂੰ ਸੇਖੋ ਫਰਨੀਚਰ ਹਾਊਸ 'ਤੇ ਹੁਣ ਦੇਈ ਜਾਂਦੇ ਹਾਂ। ਆਹ ਦੇਖ ਲਓ, ਵੱਡਾ ਖੁੱਲ੍ਹਾ ਡੁੱਲਾ ਸਾਈਜ਼ ਆ, ਕੋਈ 75,000 ਦਾ ਦੇ ਰਿਹਾ ਆ, ਕੋਈ 70,000 ਦਾ ਦੇ ਰਿਹਾ ਆ, ਪਰ ਆਹ ਵੀ ਬਾਈ ਜੀ ਦੱਸ ਦਿਓ ਕੀ ਸਿਸਟਮ। ਇਹ ਧੱਗੜ ਸਾਹਿਬ ਵੈਸੇ ਤਾਂ 47,000 ਰੁਪਏ 'ਚ ਸਾਡਾ ਪ੍ਰਾਈਜ਼ ਹੈ ਇਸ ਸੋਫੇ ਦਾ, ਪਰ ਇਹ 30 ਤਰੀਕ ਤੱਕ ਜਿਹੜਾ ਇਹ ਵੀ 45,000 ਦਾ ਮਾਡਲ ਇਹ ਦੇਵਾਂਗੇ, ਪਰ ਇਹ ਬੇਨਤੀ ਆ ਵੀ 30 ਤਰੀਕ ਤੱਕ ਦੇ ਜਿਹੜੇ ਤੁਹਾਨੂੰ ਆਪਾਂ ਰੇਟ ਦੇ ਰਹੇ ਹਾਂ। ਸੋ ਇਹ ਵੀ ਵੱਡਾ ਸਾਈਜ਼ ਆ, ਇੱਧਰ ਵੱਡੇ ਸਾਈਜ਼ ਪਏ ਆ, ਇੱਕ ਆਹ ਵੀ ਦੇਖ ਲਓ, ਇਹ ਆਪਣਾ ਇਹਦੇ ਨਾਲ ਦੇ ਨਾ ਸੋਫੇ 60-70,000 ਰੁਪਏ ਦੇ ਵਿਕਦੇ ਜੋ ਧੱਗੜ ਸਾਹਿਬ ਸੋਫੇ, ਜਿਵੇਂ ਦੀਆਂ ਉਹ ਚੇਅਰਾਂ ਵੀ ਪਈਆਂ, ਇਹ ਵੀ ਉਹੀ 12 ਸੀਟਾਂ 12-13 ਚ ਆ ਜਾਂਦੇ ਆ ਟੇਬਲ, ਹੈ ਨਾ ਗਲਾਸ। ਇਹ ਵੀ ਜਿਹੜਾ ਫਿਲਹਾਲ ਦੀ ਘੜੀ ਆਪਣਾ ਕੀ ਉਹਨੂੰ ਕਹਿੰਦੇ 50,000 ਵਾਲਾ ਸੋਫਾ, ਜਿਹੜਾ 45,000 ਚ ਆਪਣੇ ਕਸਟਮਰਾਂ ਨੂੰ ਆਪਾਂ ਦੇਵਾਂਗੇ। ਲੈਦਰ ਸਵੈਟ ਲੱਗੀ ਹੋਣ ਕਰਕੇ ਗੱਦੀ ਦੀ ਚੜਾਈ ਹਰ ਚੀਜ਼ ਦੇ ਵਿੱਚ ਪਰਫੈਕਟ। ਸੋ ਅੱਜ ਤੁਸੀਂ ਨਾ 1000 ਰੁਪਏ ਬਚਾ ਸਕਦੇ ਹਾਂ, ਜਿਵੇਂ ਤੁਸੀਂ ਸੋਫਾ ਲੈਣਾ, ਬੈੱਡ ਲੈਣਾ, ਅਲਮਾਰੀ ਲੈਣਾ, ਹਰ ਕਿਸੇ ਵਿੱਚ ਡਿਸਕਾਊਂਟ ਮਿਲ ਜਾਂਦਾ। ਮੇਰੇ ਖਿਆਲ ਨਾਲ ਜਿਹੜਾ ਫਰਨੀਚਰ ਤੁਸੀਂ 1,00,000 ਰੁਪਏ ਦਾ ਲੈਣਾ ਨਾ, 50-60,000 ਤੁਹਾਨੂੰ ਮਿਲ ਜਾਣਾ, ਜੋ ਰੇਟ ਇੱਥੇ ਘੱਟ ਗਿਆ। ਉਹ ਗ੍ਰੀਨ ਵੀ ਤੁਸੀਂ ਦੇਖ ਲਓ, ਉੱਧਰ ਵੀ ਸੋਫਾ ਦਿਖਾ ਦਿਓ, ਇੱਕ ਬਹੁਤ ਸੋਹਣਾ ਪਿਆ ਆ, ਦੂਜੇ ਪਾਸੇ ਗ੍ਰੇ ਪਿਆ ਆ, ਉਹ ਦਿਖਾ ਦਿਓ। ਇੱਥੇ ਵੀਡੀਓ ਦੀ ਲੈਂਥ ਨੂੰ ਦੇਖਦੇ ਹੋਏ ਅਸੀਂ ਨਾ ਤੁਹਾਨੂੰ ਜਸਟ ਮੇਨ ਦਿਖਾ ਦਿੱਤੇ ਹੈਗੇ ਆ। ਸੋ ਭਾਜੀ, ਗੱਦਿਆਂ ਦੇ ਵਿੱਚ ਵੀ ਦੱਸੋ ਕਿੱਥੋਂ ਸਟਾਰਟਿੰਗ ਆ, ਗੱਦਾ ਪੀਸ, ਡਬਲ ਪੀਸ? ਜ਼ਿਆਦਾ ਸਾਡਾ ਧੱਗੜ ਸਾਹਿਬ ਜ਼ਿਆਦਾ ਜਿਹੜਾ ਹਰ ਇੱਕ ਦੇ ਬਜਟ 'ਚ ਆਉਂਦਾ ਨਾ, ਵੈਸੇ ਤਾਂ 10 ਵਾਲਾ ਵੀ ਵਿਕਦਾ, 12 ਵਾਲਾ ਵੀ ਵਿਕਦਾ, 15 ਵਾਲਾ ਵੀ ਵਿਕਦਾ ਵਾ ਜੀ, ਪਰ ਜਿਹੜਾ ਬਹੁਤ ਜ਼ਿਆਦਾ ਬਜਟ 'ਚ ਆਉਂਦਾ ਵਾ ਉਹ ਜਿਵੇਂ ਕਿ ਤੁਸੀਂ ਮੰਨ ਕੇ ਚੱਲੋ 2 ਸਾਲ ਦੀ ਗਰੰਟੀ ਵਾਲਾ ਵਿਕਦਾ, ਠੰਡਾ ਗਰਮ 5 ਇੰਚੀ 4500 ਦਾ, ਉਹ ਆਪਣੇ ਕਸਟਮਰਾਂ ਨੂੰ ਆਪਾਂ 30 ਤਰੀਕ ਤੱਕ ਜਿਹੜਾ ਵਾ 4,000 'ਚ ਦੇਵਾਂਗੇ, 2 ਸਾਲ ਦੀ ਗਰੰਟੀ, ਠੰਡਾ ਗਰਮ 5 ਇੰਚੀ ਦਾ ਮੈਟਰਸ ਵਧੀਆ ਦੇ ਵਿੱਚ। ਫਿਰ ਨਾ ਤੁਸੀਂ ਗੱਦੇ ਦੇ ਵਿੱਚ ਧੱਗੜ ਸਾਹਿਬ ਇੱਕ ਚੀਜ਼ ਵੇਖੋ, ਅਸੀਂ ਕਦੀ ਨਹੀਂ ਇੱਦਾਂ ਕੀਤਾ ਵੀ 5 ਸਾਲ ਵਾਲੇ ਦਾ ਕਵਰ ਮਟੀਰੀਅਲ ਅੰਦਰ 2 ਸਾਲ ਵਾਲੇ, ਠੀਕ ਹੈ ਜੀ। ਉਹਨਾਂ ਨੇ ਕਈਆਂ ਨੂੰ ਸਾਡੇ ਜਿੱਦਾਂ ਸੋਫੇ ਦੀ ਘੱਟ ਨੌਲੇਜ ਹੋਣ ਕਰਕੇ ਕਈਆਂ ਨੂੰ ਲੱਗਦਾ ਵਜਣ ਨਾਲ ਹੀ ਉਹ ਇਹਦਾ ਮੇਲ ਰੱਖਦੇ, ਪਰ ਸਫੈਦਾ ਸਸਤਾ ਹੁੰਦਾ ਜੋ, ਵਜਨ 'ਚ ਭਾਰਾ ਹੁੰਦਾ ਜੋ, ਧਰੇਕ ਅਸੀਂ ਆਪਣੇ ਇੱਥੇ ਧਰੇਕ ਯੂਜ਼ ਕਰਦੇ ਹਾਂ ਜਾਂ ਨਾਲ ਥੋੜ੍ਹੀ ਪਲਾਈ ਯੂਜ਼ ਹੁੰਦੀ ਹੈ ਵਿੱਚ ਨਾ ਜੀ, ਅਤੇ ਧਰੇਕ ਜਿਹੜੀ ਆ ਸਫੈਦੇ ਨਾਲੋਂ ਵੇਟ ਦੇ ਵਿੱਚ ਹਲਕੀ ਹੁੰਦੀ ਆ, ਪਰ ਖਰੀਦਣ ਜਾਈਏ ਮਹਿੰਗੀ ਹੁੰਦੀ ਧਰੇਕ ਲਾਉਣ ਦਾ ਇਹ ਫਾਇਦਾ, ਉਹਨੂੰ ਘੁਣ ਦੇ ਚਾਂਸ 0 ਹੋ ਜਾਂਦੇ ਆ। ਹੁਣ ਕਈਆਂ ਨੂੰ ਜਿਨ੍ਹਾਂ ਨੂੰ ਤਾਂ ਵੇਟ ਨਾਲ ਹੀ ਮਤਲਬ ਆ, ਉਹ ਫਿਰ ਸਫੈਦਾ ਲਾ ਲਾ ਕੇ ਸਾਡੇ ਅਰਗੇੜੇ ਧੱਕੀ ਜਾਣਾ ਅਤੇ ਵੇਚਣ ਵਾਲੇ ਨੂੰ ਕਹਿਣਾ ਵੀ ਮੈਂ ਬਹੁਤ ਭਾਰੀ। ਆਪਾਂ ਦੀ ਸੋਚ ਵੀ ਆਪਾਂ ਆਪਣੇ ਦਰਸ਼ਕਾਂ ਨਾਲ ਲੰਮਾ ਸਮਾਂ ਚੱਲਣਾ, ਫਿਰ ਇੱਦਾਂ ਦੇ ਨਹੀਂ, ਜਿਹੜੀ ਜਿਹੜੀ ਚੀਜ਼ ਦੀ ਨੌਲੇਜ ਕਸਟਮਰ ਨੂੰ ਵੀ ਨਹੀਂ ਹੈਗੀ, ਉਹ ਵੀ ਕੰਮ ਅਸੀਂ ਆਪ ਨਹੀਂ ਕਰਕੇ ਦਾ ਜੀ। ਸੋ ਤੁਸੀਂ ਤਾਂ ਪ੍ਰੈਸ ਟੇਬਲ ਲੈਣਾ ਹੈਗਾ, ਤੁਸੀਂ ਇੱਥੋਂ LED ਪੈਨਲ ਲੈਣਾ, ਜਾਂ ਤੁਸੀਂ ਤੋਂ ਅਲਮਾਰੀਆਂ ਲੈਣੀਆਂ ਨਾ, ਅਲਮਾਰੀਆਂ ਦੇ ਵਿੱਚ ਵੀ ਇੱਥੇ ਹਿਊਜ ਵਰਾਇਟੀ ਪਈ ਆ, ਹਰ ਤਰ੍ਹਾਂ ਸਾਈਜ਼ ਹੈਗਾ। ਬਾਜੀ ਸਾਈਜ਼ ਕਿਹੜੇ ਕਿਹੜੇ ਆ ਅਤੇ ਕੀ ਪ੍ਰਾਈਜ਼ ਹੈਗੇ ਆ? ਸਾਈਜ਼ ਤਾਂ ਸਾਹਿਬ 7-5 ਹੁੰਦਾ ਵਾ, ਜਿਹੜਾ ਜ਼ਿਆਦਾ ਚੱਲਦਾ ਫਿਰ 7-6 ਹੁੰਦਾ, 7-7 ਵੀ ਹੁੰਦਾ ਵਾ, ਜ਼ਿਆਦਾ ਵੈਸੇ ਇਹ ਚੱਲਦਾ ਕਿਉਂਕਿ ਬਜਟ ਦੇ ਵਿੱਚ ਵੀ ਆ, ਜਾਂ ਇਹਦੇ ਨਾਲ ਦੇ ਹੋਰ ਵੀ ਮਾਡਲ ਵੱਖੋ ਵੱਖਰੇ ਹੈਗੇ ਆ। ਇਹ ਜਿਹੜੀ 7-5 ਆ ਨਾ ਜੀ, ਸਾਡੀ ਅਲਮੀਰਾ ਦੀ ਤੁਸੀਂ ਥੋੜ੍ਹੀ ਖਾਸੀਅਤ, ਹਰ ਵਾਰੀ ਇੱਕ ਚੀਜ਼ ਵੇਖਦੇ ਹੋਗੇ, ਸਾਡੇ ਅੰਦਰ ਵੀ ਵੱਡੀ ਚਾਬੀ ਵਾਲਾ ਲੋਕ, ਠੀਕ ਹੈ ਜੀ, ਬੈਗ 'ਤੇ ਚਲੋ ਬੋਰਡ 'ਤੇ ਆਮ ਜੀ ਗੱਲ ਹੈ, ਥੱਲੇ ਬੇਸ ਵੀ ਇਹਦਾ ਤਰੀਕੇ ਨਾਲ ਬਣਾਇਆ ਗਿਆ, ਹੈਂਡਲ ਵੀ ਸਾਰੇ ਇਕੁਅਲ, ਠੀਕ ਹੈ ਜੀ। ਸਫਾਈ ਜਿਹੜੀ ਉਹ ਤਾਂ ਤੁਹਾਨੂੰ ਦੱਸਿਆ ਹੀ ਹੋਇਆ ਵੀ ਸਾਡੇ ਵਾਲੀ ਚੋਕੋ ਮਿੱਟੀ ਘੱਟਾ ਕੱਢ ਕੇ ਦਿਖਾ ਦਿਓ, ਅਲਮਾਰੀ ਫ੍ਰੀ ਹੋਊਗੀ, ਠੀਕ ਹੈ ਜੀ। ਅਤੇ ਇਹ ਜਿਹੜੀ ਆ ਆਪਾਂ 30 ਤਰੀਕ ਤੱਕ ਆਪਣੇ
दर्शकों को जी अलमारी आ 8500 रुपये की देवे जबकि रेट 9,95,000 ऑलरेडी हो। देखो 9,500 रेट तो इतने इन्हों का लगा आ देख लो ना, पर बाजार अलमारी 13,500 14,500 12,500 बिकती आ, पर जी खुद 9,500 बेचते यदा भी रेट 85,000 करता, 1,000 रुपया भी घटा दिता है। सो इस है ना तुम आह देख लो भी अलमारियों के बख बख मॉडल आखो डिजाइन किन्ने ना, आचू अलमारी मिलती है बिचे सू ड्रैसिंग टेबल मिलता है, टू इन वन कॉम्बो आ। सत्त छे तगर साहब जी 13,000 वाला मॉडल साढ़ा 12,000 च देवे, ठीक है जी। क्यों देवे सानू लोगों ने, पंजाब के लोगों ने बहुत प्यार दिता, उन्होंने प्यार सदका असी ਹੋਰ ਆਉਣ ਵਾਲੇ ਟਾਈਮ 'ਚ ਸਰਪ੍ਰਾਈਜ਼ ਵੀ ਦੇ ਦੇਣਾ ਪੜੇਗਾ। ਦੇਖੋ ਨਾ ਕਿੰਨੇ ਸੋਹਣੇ ਸੋਹਣੇ ਆ ਡਿਜ਼ਾਈਨ ਆ, ਦੇਖੋ ਨਾ ਉੱਪਰ ਵੀ ਦੇਖ ਲਓ, ਆ ਜੇ ਆਹ ਵੀ ਲੱਗੇ ਹੈ ਨਾ, ਇਹ ਵੀ ਬਹੁਤ ਕਬਜ਼ੇ ਜੇ ਬੜੇ ਸੋਹਣੇ ਆ, ਹਾਈਡ੍ਰੋਲਿਕ ਹੈਗੇ ਆ, ਆਹ ਵੀ ਦੇਖ ਲਓ ਤੁਸੀਂ, ਹਰ ਇੱਕ ਚੀਜ਼ ਦੇ ਵਿੱਚ ਤੁਹਾਡਾ ਅਸੀਂ ਅੱਜ ਫਾਇਦਾ ਕਰਾਇਆ। ਸੋ ਭਾਈ ਜੀ ਮੈਂ ਦੇਖਿਆ ਨਾ LED ਪੈਨਲ ਬਹੁਤ ਸੋਹਣਾ ਡਿਜ਼ਾਈਨ ਆ, ਉਧਰ ਡਰੈਸਿੰਗ ਟੇਬਲ ਹੈਗਾ, ਇਹਨਾਂ ਦਾ ਵੀ ਰੇਟ ਦੱਸ ਦਿਓ। ਇਹ ਤਗੜ ਸਾਹਿਬ 6x2 ਜਿਹੜੀ ਆਪਣੀ ਡਰੈਸਿੰਗ ਆ 2.5 ਦੀ 3500 ਰੁਪਏ ਦੀ ਆਪਾਂ ਦੇ ਰਹੇ ਹਾਂ ਫਿਲਹਾਲ ਦੀ ਘੜੀ, ਠੀਕ ਹੈ ਜੀ। ਬੈਗ ਦੇ ਪ੍ਰੋਪਰ ਬੋਰਡ ਵਾਲੀ ਜੀ 6x2 ਢਾਈ ਫੁੱਟ ਚੜਾਈ, 6 ਫੁੱਟ ਤਾਣੂ, ਤੇ ਆਹ ਜਿਹੜਾ ਪੈਨਲ ਆ 6x6 ਦਾ, ਆਹ ਵਾਲਾ ਮਾਡਲ ਜਿਹੜਾ ਵਾ ਇਹ ਫਿਲਹਾਲ ਦੀ ਘੜੀ 7,000 ਦੇ ਵਿੱਚ ਦੇਵਾਂਗੇ 30 ਤਰੀਕ ਤੱਕ, ਜਦਕਿ ਸਾਡਾ ਵੀ ਇਸ ਮਾਡਲ ਦਾ ਰੇਟ 8,000 ਰੁਪਏ ਦੇ ਕਰੀਬ ਕਰੀਬ ਹੈਗਾ ਸੀ। ਸੋ 30 ਨਵੰਬਰ ਤੋਂ ਪਹਿਲਾਂ ਪਹਿਲਾਂ ਆਓ। ਦੇਖੋ ਆਹ ਐਡਾ ਵੱਡਾ ਪੈਨਲ ਹੈ, ਮੈਂ ਚੈਲੇਂਜ ਕਰਦਾ ਆਪਣੇ ਘਰ ਦੇ ਵਿੱਚ ਮਿਸਤਰੀ ਲਾ ਲਓ, ਸਮਾਨ ਲਾ ਲਓ, ਤੁਹਾਨੂੰ 12,000 ਤੋਂ ਉੱਪਰ ਪਊਗਾ, ਪਰ ਅਸੀਂ ਸਾਨੂੰ 7,000 ਦਾ ਮਿਲਣਾ। ਆਹ ਜਿਹੜਾ ਹੈਗਾ ਬਾਜ਼ਾਰਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ, ਡਰੈਸਿੰਗ ਟੇਬਲ 55-5500 ਦਾ ਵਿਕਦਾ, ਇੱਥੇ ਤੁਸੀਂ 3500 ਦਾ ਲੈ ਜਾਓ। ਤੁਹਾਡੇ ਦੇਖੋ 20-20,000 25-25,000 ਰੁਪਏ ਸੋਫਿਆਂ ਪਿੱਛੇ ਰੇਟ ਘੱਟ ਗਏ, 8-8-10,000 ਬਿੱਡਾਂ ਪਿੱਛੇ ਘੱਟ ਗਏ, 4-4-5-5 ਅਲਮਾਰੀਆਂ ਪਿੱਛੇ ਭਰ ਗਏ, ਇਹਨਾਂ ਪਿੱਛੇ ਵੀ ਘੱਟ ਗਏ। ਹਰ ਵਿੱਚ ਅਸੀਂ ਬਹੁਤ ਵੱਡੀਆਂ ਔਫਰਾਂ ਤੁਹਾਨੂੰ ਲਾ ਦੀਆਂ, 30 ਨਵੰਬਰ ਤੋਂ ਆਓ ਪਹਿਲਾਂ ਅਤੇ ਪਹਿਲਾਂ ਫਾਇਦੇ ਪਾਓ। ਕੋਈ ਹੋਰ ਤੁਹਾਡੇ ਮਨ ਸਵਾਲ ਆ, ਕੋਈ ਗੱਲਬਾਤ ਕਰਨੀ ਆ, ਨੰਬਰ ਸਾਡੀ ਸਕਰੀਨ 'ਤੇ ਤੁਸੀਂ ਇੱਥੇ ਫੋਨ ਕਰ ਸਕਦੇ ਹਾਂ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ, ਸਾਨ TV, ਸ਼੍ਰੀ ਅੰਮ੍ਰਿਤਸਰ ਸਾਹਿਬ।